ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੌਰਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਕਰਦੇ ਹਾਂ। ਅਤੇ ਗਾਈਸ ਅੱਜ ਬਣਾਉਣ ਲੱਗੇ ਸੀ ਆਪਾਂ ਖੱਟੀ ਮਿੱਠੀ ਚਟਨੀ, ਅਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ। ਦੇਖੋ ਤਾਂ ਆਪਾਂ ਬਿਲਕੁਲ ਵਧੀਆ ਜਿਹੇ ਅੰਬ ਲੈ ਲੈਣੇ, ਉਹਨਾਂ ਦਾ ਛਿਲਕਾ ਲਾ ਕੇ ਫਿਰ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਕੱਦੂਕਸ ਕਰ ਲੈਣੇ। ਜਿਹੜੀ ਇਹ ਵਾਲੀ ਚਟਨੀ ਹੋਏਗੀ ਨਾ ਬਿਲਕੁਲ ਖਰਾਬ ਹੋਏਗੀ, ਬਿਨਾਂ ਕੈਮੀਕਲ ਤੋਂ ਬਿਨਾਂ ਰੰਗ ਤੋਂ ਬਣਾ ਕੇ ਦਿਖਾਊਂਗੀ, ਅਤੇ ਤੁਸੀਂ ਬਣੇ ਰਹੋ। ਆਪਾਂ ਬਣਾਵਾਂਗੇ ਅੱਜ ਖੱਟੀ ਮਿੱਠੀ ਚਟਨੀ, ਅਤੇ ਉਹਦੇ ਲਈ ਆ ਦੇਖੋ ਜਿਹੜੀਆਂ ਆਪਾਂ ਅੰਬੀਆਂ ਲਈਆਂ ਸੀ ਨਾ, ਧੋ ਬਣਾ ਕੇ ਸਾਫ਼ ਕਰਕੇ, ਅਤੇ ਇਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਪਾ ਲਾਂਗੇ। ਠੀਕ ਹੈ ਜੀ, ਕੜਾਹੀ ਵਿੱਚ ਪਾ ਲੈਣਾ ਆਪਾਂ, ਠੀਕ ਹੈ ਸਾਰੀਆਂ ਨੂੰ ਕੱਦੂਕਸ ਕਰਕੇ। ਇਹ ਹੋ ਜਾਂਦਾ ਬਹੁਤ ਵਧੀਆ ਰਹਿੰਦੀਆਂ ਨੇ, ਡਲੀਆਂ ਡਲੀਆਂ ਜਿਹੀਆਂ ਵਾਲੀਆਂ ਹੁੰਦੀਆਂ, ਉਹ ਦੂਸਰੀ ਤਰ੍ਹਾਂ ਵੀ ਬਣਾ ਸਕਦੇ ਜੇਕਰ ਤੁਸੀਂ ਇੱਦਾਂ ਦੀ ਕੱਦੂਕਸ ਵਾਲੀ ਪਾਉਣੀ ਹੈ ਅਤੇ ਕੱਦੂਕਸ ਵਾਲੀ। ਅਤੇ ਮੈਂ ਖੱਟੀ ਮਿੱਠੀ ਚਟਨੀ ਬਣਾਉਣ ਲੱਗੀ ਸੀ ਅਤੇ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲਾਂ। ਲਓ ਜੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ, ਇਹਦੇ ਵਿੱਚ ਪਾ ਦਾਂਗੇ ਆਪਾਂ। ਇਹ ਮੈਂ 2 ਕਿਲੋ ਅੰਬਾਂ ਦੀ ਲਈ ਹੈ, ਠੀਕ ਹੈ ਜੀ। 1 ਕਿਲੋ ਚੀਨੀ ਪਾਵਾਂਗੇ ਇਹਦੇ ਵਿੱਚ, ਅਤੇ ਲਓ ਜੀ ਇਹਦੇ 'ਚ ਆਪਾਂ ਪਾ ਦਾਂਗੇ ਵਧੀਆ ਤਰੀਕੇ ਨਾਲ। ਅੱਧੋ ਅੱਧ ਚੀਨੀ ਪਾਓਗੇ ਨਾ ਤਾਂ ਵਧੀਆ ਰਹੇਗੀ, ਕਿਉਂਕਿ ਖੱਟੀ ਮਿੱਠੀ ਚਟਨੀ ਦਾ ਬਸ ਇਹੀ ਹੁੰਦਾ। ਅਤੇ ਲਓ ਜੀ ਇਹਨੂੰ ਹੌਲੀ ਹੌਲੀ ਕਰਕੇ ਆਪਾਂ ਇੱਦਾਂ ਚੰਗੀ ਤਰ੍ਹਾਂ ਰਲਾ ਦੇਣਾ, ਠੀਕ ਹੈ ਜੀ, ਤਾਂ ਕਿ ਚੀਨੀ ਜਿਹੜੀ ਸਾਡੀ ਹੈ ਨਾ ਪਿਘਲ ਜਾਵੇ। ਆਹ ਦੇਖੋ ਜੂੰ ਜੂੰ ਗਰਮ ਹੁੰਦੀ ਜਾਏਗੀ ਚੀਨੀ, ਬਿਲਕੁਲ ਵਧੀਆ ਤਰੀਕੇ ਨਾਲ ਪਿਘਲਦੀ ਜਾਏਗੀ। ਅਤੇ ਜਦੋਂ ਵੀ ਪਿਘਲ ਜਾਏਗੀ ਚੀਨੀ, ਆਹ ਦੇਖੋ ਪਿਘਲਣ ਲੱਗ ਗਈ ਨਾ ਚੀਨੀ, ਹੁਣ ਆਪਾਂ ਇਹਨੂੰ ਧੀਮੀ ਆਸ 'ਤੇ ਕਰ ਦਾਂਗੇ, ਮਤਲਬ ਕਿ ਗੈਸ ਨੂੰ ਆਪਾਂ ਸਿਮ ਕਰ ਦਾਂਗੇ। ਉੱਧਰ ਕਰ ਲੈਂਦੇ ਆਪਾਂ ਆਪਣੇ ਮਸਾਲੇ ਤਿਆਰ। ਅਤੇ ਲਓ ਜੀ ਇੱਧਰ ਆਪਾਂ ਕਰ ਲੈਂਦੇ ਹਾਂ ਜਦ ਤੱਕ ਥੋੜ੍ਹੀ ਜਿਹੀ ਆਪਾਂ ਮੇਥੀ, ਠੀਕ ਹੈ ਜੀ, ਥੋੜ੍ਹਾ ਜਿਹਾ ਆਪਾਂ ਲੈ ਲਾਂਗੇ ਜੀਰਾ। ਅਤੇ ਥੋੜ੍ਹੀ ਜਿਹੀ ਲੈ ਲੈਣੀ ਆਪਾਂ ਕਲੌਂਜੀ, ਨਾਲ ਹੀ ਲੈ ਲੈਣੀ ਆਪਾਂ ਸੌਂਫ, ਅਤੇ ਲਓ ਜੀ ਥੋੜ੍ਹੀ ਜਿਹੀ ਲੈ ਲੈਣੀ ਆਪਾਂ ਆਪਣੇ ਟੇਸਟ ਅਨੁਸਾਰ ਜਵੈਣ। ਇਹ ਜੇ ਤੁਸੀਂ ਚਾਹੋ ਨਾ ਤਾਂ ਬਾਜ਼ਾਰੋਂ ਵੀ ਬਣਿਆ ਬਣਾਇਆ ਪੀਸਿਆ ਪਸਾਇਆ ਮਿਲ ਜਾਂਦਾ ਮਸਾਲਾ, ਅਤੇ ਮੈਂ ਘਰ ਹੀ ਬਣਾਇਆ। ਔਰ ਆਹ ਦੇਖੋ ਜੀ ਇੱਧਰ ਚੀਨੀ ਸਾਡੀ ਬਿਲਕੁਲ ਪਿਘਲ ਕੇ ਹੋ ਗਈ ਹੈ ਤਿਆਰ, ਅਤੇ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਇੱਧਰ ਦੂਸਰੇ ਅਲੱਗ ਤੋਂ ਸਾਰਿਆਂ ਨੂੰ ਰਲਾ ਕੇ ਥੋੜ੍ਹਾ ਜਿਹਾ ਗਰਮ ਕਰ ਲਾਂਗੇ, ਠੀਕ ਹੈ ਜੀ। ਜਿਵੇਂ ਭੁੰਨਣਾ ਹੁੰਦਾ ਨਾ ਇੱਦਾਂ ਭੁੰਨ ਕੇ ਨਾ ਪੀਸ ਲਵਾਂਗੇ। ਅਤੇ ਲਓ ਜੀ ਇਹ ਸਾਡਾ ਸਾਰਾ ਜੋ ਆਪਾਂ ਪਾਇਆ ਸੀ ਨਾ ਬਿਲਕੁਲ ਰੋਸਟ ਹੋ ਚੁੱਕਾ, ਆਹ ਦੇਖੋ ਗਰਮ ਹੈ, ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਦਰਦਰਾ ਜਿਹਾ ਬਣਾ ਲਾਂਗੇ, ਠੀਕ ਹੈ ਜੀ। ਅਤੇ ਲਓ ਗਾਈਜ਼ ਆਹ ਦੇਖੋ ਸਾਡੀ ਆਹ ਦੇਖੋ ਤਿਆਰ ਹੋ ਗਈ ਚਾਸ਼ਣੀ ਵਾਲੀ, ਅਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਨਮਕ, ਕਾਲਾ ਨਮਕ ਪਾਵਾਂਗੇ, ਠੀਕ ਹੈ ਜੀ। ਹੁਣ ਪਾ ਦਾਂਗੇ ਜੇਕਰ ਤੁਹਾਡੇ ਬੱਚੇ ਖਾਂਦੇ ਆ ਤਾਂ ਥੋੜ੍ਹੀ ਜਿਹੀ ਲਾਲ ਮਿਰਚ, ਠੀਕ ਹੈ, ਥੋੜ੍ਹੀ ਜਿਹੀ ਦੇਗੀ ਮਿਰਚ ਪਾ ਦਾਂਗੇ, ਥੋੜ੍ਹਾ ਜਿਹਾ ਪਾ ਦਾਂਗੇ ਆਪਾਂ ਇਹਦੇ ਵਿੱਚ। ਆਹ ਦੇਖੋ ਜਿਹੜਾ ਸਾਰਾ ਮਸਾਲਾ ਪਾਇਆ ਹੈ ਨਾ ਇਹਦੇ ਵਿੱਚ ਆਪਾਂ ਪਾਇਆ ਕਾਲੀ ਮਿਰਚ, ਠੀਕ ਹੈ ਜੀ, ਇਹ ਪਾ ਦਿੱਤੀ ਆਪਾਂ। ਇਲਾਇਚੀ ਦਾ ਪਾਊਡਰ ਜਿਹਨੂੰ ਕਹਿ ਦਿੰਦੇ ਹਨ ਉਹ ਪਾ ਦਿੱਤਾ, ਇਹ ਸਾਰਾ ਮੈਂ ਮਸਾਲਾ ਦਰਦਰਾ ਪੀਸ ਲਿਆ ਸੀ ਉਹ ਪਾ ਲੈਣਾ, ਠੀਕ ਹੈ। ਇੱਧਰ ਪਾ ਦੇਣੇ ਨੇ ਆਪਾਂ ਇਹਦੇ ਵਿੱਚ ਮਗਜ਼ ਜੀ, ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦਾਂਗੇ ਅਤੇ ਸਿਮ 'ਤੇ ਇਹਨੂੰ ਪਕਣ ਦੇਵਾਂਗੇ, ਠੀਕ ਹੈ ਜੀ। ਚਾਸ਼ਨੀ ਬਿਲਕੁਲ ਤਿਆਰ ਸੁੱਕ ਜਾਏਗੀ ਬਿਲਕੁਲ, ਹੈ ਨਾ ਇਹਦੀ ਚੀਨੀ, ਅਤੇ ਹੁਣ ਆਪਾਂ ਇਹਨੂੰ ਇੱਦਾਂ ਦੇਖੋ, ਆਹ ਦੇਖੋ
ਇੱਦਾਂ ਹੈ। ਜਦ ਤੱਕ ਇਹਦਾ ਪਾਣੀ ਸੁੱਕਦਾ ਆਪਾਂ ਸਿਮ ਦੇ ਉੱਤੇ ਇਹਨੂੰ ਰੱਖ ਦੇਣਾ, ਇਸ ਤਰ੍ਹਾਂ ਪੱਕਦੀ ਰਹੇਗੀ। ਇੱਦਾਂ ਬਣ ਕੇ ਸਾਡੀ ਹੋ ਜਾਏਗੀ ਤਿਆਰ। ਲਓ ਜੀ, ਇੱਧਰ ਲਗਾ ਲਿਆ। ਹੁਣ ਆਪਾਂ ਦੇਖੋ ਜੀ, ਥੋੜ੍ਹਾ ਜਿਹਾ ਤੇਲ, ਇਹ ਬਣਾਉਂਗੀ ਮੈਂ ਗੁੜ ਵਾਲੀ ਮਿੱਠੀ ਚਟਨੀ, ਠੀਕ ਹੈ। ਹਲਕਾ ਜਿਹਾ ਇਹਦੇ ਵਿੱਚ ਪਾਵਾਂਗੇ ਜੀਰਾ, ਥੋੜ੍ਹੇ ਜਿਹੇ ਪਾਵਾਂਗੇ ਇਹਦੇ ਵਿੱਚ ਆਪਾਂ ਸੌਂਫ, ਇਹਦੇ ਵਿੱਚ ਜਿਹੜਾ ਦੂਸਰਾ ਪੰਚਦਾ ਮਤਲਬ ਸਾਰਾ ਸਮਾਨ ਪਾਇਆ ਹੈ ਨਾ, ਉਹ ਵਾਲਾ ਆਪਾਂ ਇਹਦੇ ਵਿੱਚ ਪਾ ਦੇਣਾ। ਇਹਦੇ ਵਿੱਚ ਪਾ ਦਾਂਗੇ ਆਪਾਂ ਹੁਣ ਇਹਨੂੰ, ਅੰਬੀਆਂ ਮੇਰੀਆਂ ਕੱਟੀਆਂ ਪਈਆਂ ਨੇ, ਇਹ ਵਾਲੀ ਜਿਹੜੀ ਇਹ ਆਪਾਂ ਬਣਾਵਾਂਗੇ ਗੁੜ ਵਾਲੀ, ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦਾਂਗੇ ਜੀ। ਇਹ ਮੈਂ ਇੱਦਾਂ ਹੀ ਕੱਟ ਲਈਆਂ ਸੀ, ਉਹ ਮੈਂ ਕੱਦੂਕਸ ਕੀਤੀਆਂ ਹੋਈਆਂ ਸੀਗੀਆਂ, ਇਹਦੇ ਵਿੱਚ ਹੀ ਪਾ ਦਾਂਗੇ। ਹੁਣ ਆਪਾਂ ਕੁੱਟਿਆ ਹੋਇਆ ਗੁੜ ਪਾ ਦੇਣਾ, ਠੀਕ ਹੈ ਜੀ। ਬਸ ਹੁਣ ਆਪਾਂ ਇਹਨੂੰ ਸਿਮ 'ਤੇ ਕਰ ਦਾਂਗੇ ਤਾਂ ਕਿ ਜਿਹੜਾ ਗੁੜ ਚੰਗੀ ਤਰ੍ਹਾਂ ਪਿਘਲ ਜੇ ਅਤੇ ਇਹਦੇ ਵਿੱਚ ਰਲ ਜੇ ਅਤੇ ਅੰਬੀਆਂ ਬਿਲਕੁਲ ਪੱਕ ਜਾਣ। ਇਹਨੂੰ ਆਪਾਂ ਥੋੜ੍ਹੀ ਦੇਰ ਲਈ ਢੱਕ ਦਾਂਗੇ। ਇਹ ਵਾਲਾ ਮਸਾਲਾ ਬਣਾ ਕੇ ਬਣਾਇਓ ਤੁਸੀਂ, ਬਹੁਤ ਟੇਸਟੀ ਵਧੀਆ ਬਣਦੀ ਹੈ ਇਹਦੀ ਚਟਨੀ ਵੀ, ਗੁੜ ਵਾਲੀ ਵੀ, ਅਤੇ ਉਹ ਮੈਂ ਖੱਟੀ ਮਿੱਠੀ ਚੀਨੀ ਵਾਲੀ ਬਣਾਈ ਹੈ। ਲਓ ਬਾਈ ਜੀ, ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਇਹ 'ਚ ਮਗਜ਼, ਠੀਕ ਹੈ ਜੀ। ਥੋੜ੍ਹੀ ਜਿਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ, ਥੋੜ੍ਹਾ ਜਿਹਾ ਪਾ ਦਾਂਗੇ ਇਹਦੇ ਵਿੱਚ ਆਪਾਂ ਕਾਲ ਟੇਸਟ ਲਈ ਆਪਾਂ ਪਾ ਦਾਂਗੇ ਹੁਣ ਇਹ ਵਾਲਾ ਕਾਲਾ ਨਮਕ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਣਾ ਜੀ। ਆ ਦੇਖੋ ਗੁੜ ਸਾਡਾ ਪੀਘਲ ਕੇ ਹੋਣ ਪੀਘਲ ਲੱਗ ਗਿਆ ਨਾ ਬਿਲਕੁਲ, ਬਸ ਇਹਦੇ 'ਚ ਵਧੀਆ ਦੂਸਰੀ ਰੰਗਤ ਜੀ ਆ ਜਾਂਦੀ ਗੁੜ ਵਾਲੀ 'ਚ। ਇਹ ਵਾਲੇ ਹੁੰਦਾ ਬਸ ਜਿਵੇਂ ਸ਼ੂਗਰ ਵਾਲੇ ਮਰੀਜ਼ ਖਾ ਸਕਦੇ ਆ, ਚੀਨੀ ਵਾਲੇ ਆਪਾਂ ਜਿੱਦਾਂ ਖਾ ਹੀ ਲੈਂਦੇ ਹਾਂ ਸਾਰੇ ਜਣੇ, ਹੈ ਨਾ ਜੀ। ਇੱਦਾਂ ਕਰਕੇ ਦੋ ਤਰ੍ਹਾਂ ਦੀ ਚਟਨੀ ਮੈਂ ਦੇਖੋ ਤਿਆਰ ਕੀਤੀ ਉਸੇ ਤਰ੍ਹਾਂ ਤੁਹਾਡੇ। ਅਤੇ ਲਓ ਗਾਈਜ਼, ਆ ਦੇਖੋ ਖੱਟੀ ਮਿੱਠੀ ਚਟਨੀ ਆ ਗਈ ਸਾਡੀ, ਹੋ ਰਹੀ ਹੈ ਤਿਆਰ, ਠੀਕ ਹੈ ਜੀ। ਜੇਕਰ ਤੁਸੀਂ ਗਾੜੀ ਕਰਨੀ ਚਾਹੁੰਦੇ ਹੋ, ਗਾੜੀ ਜ਼ਿਆਦਾ ਗਾੜੀ ਨਹੀਂ ਕਰਨੀ ਚਾਹੀਦੀ ਕਿਉਂਕਿ ਚਿਪਚਿਪੀ ਜੀ ਹੋ ਜਾਂਦੀ ਹੈ ਫਿਰ, ਠੀਕ ਹੈ ਜੀ। ਇੱਦਾਂ ਕਰਕੇ ਆ ਦੇਖੋ ਸਾਡੀ ਖੱਟੀ ਮਿੱਠੀ ਚਟਨੀ ਇਹ ਵਾਲੀ ਵੀ ਤਿਆਰ ਹੋ ਗਈ ਹੈ, ਇੱਧਰ ਆਪਣੀ ਗੁੜ ਵਾਲੀ ਚਟਨੀ ਤਿਆਰ ਹੋ ਗਈ ਹੈ। ਇਸ ਤਰ੍ਹਾਂ ਕਰਕੇ ਆਪਾਂ ਆਪਣੀ ਚਟਨੀ ਬਣਾ ਸਕਦੇ ਹਾਂ, ਬਹੁਤ ਸੌਖੇ ਤਰੀਕੇ ਨਾਲ ਸਾਲੋ ਸਾਲ ਤੱਕ ਰੱਖ ਸਕਦੇ ਹਾਂ, ਇਹ ਬਿਲਕੁਲ ਵੀ ਖਰਾਬ ਨਹੀਂ ਹੋਣੀ ਹੈ, ਠੀਕ ਹੈ। ਇਹਨਾਂ ਨੂੰ ਤੁਸੀਂ ਐਵੇਂ ਹੀ ਸਾਂਭਰਾ ਸਕਦੇ ਹੋ, ਬਸ ਪਾਣੀ ਦਾ ਹੱਥ ਨਹੀਂ ਲੱਗਣਾ ਚਾਹੀਦਾ, ਅੰਨ ਦਾ ਹੱਥ ਨਹੀਂ ਲੱਗਣਾ ਚਾਹੀਦਾ। ਇਹ ਵਾਲੀਆਂ ਚਟਨੀਆਂ ਤੁਹਾਡੀਆਂ ਕਦੀ ਵੀ ਖਰਾਬ ਨਹੀਂ ਹੋਣੀਆਂ, ਅਤੇ ਮੇਰੇ ਕਹਿਣ 'ਤੇ ਇਹ ਚਟਨੀਆਂ ਜ਼ਰੂਰ ਬਣਾਇਓ, ਬਹੁਤ ਟੇਸਟੀ ਬਣਦੀਆਂ ਨੇ। ਔਰ ਜਿੱਦਾਂ ਮਰਜ਼ੀ ਆਪਾਂ ਪਰੌਂਠੀ ਨਾਲ, ਜਿਸ ਤਰ੍ਹਾਂ ਮਰਜ਼ੀ ਆਪਾਂ ਰੋਟੀ ਨਾਲ ਖਾ ਸਕਦੇ ਹਾਂ, ਠੀਕ ਹੈ ਜੀ। ਤੁਸੀਂ ਚਾਹੋ ਇਹਦੇ ਵਿੱਚ ਨਮਕ ਮਿਰਚ ਜਿੱਦਾਂ ਵੀ ਖੱਟਾ ਮਿੱਠਾ ਤੇਜ਼ ਪਾ ਸਕਦੇ ਹੋ। ਅਤੇ ਆ ਦੇਖੋ ਜੀ ਕਿੰਨਾ ਅੱਛਾ ਰੰਗ ਆਇਆ, ਮੈਂ ਬਿਲਕੁਲ ਵੀ ਰੰਗ ਨਹੀਂ ਪਾਇਆ। ਅਤੇ ਲਓ ਜੀ, ਕੋਈ ਮੈਂ ਇਹਦੇ 'ਚ ਫੂਡ ਕਲਰ ਨਹੀਂ ਪਾਇਆ, ਕੋਈ ਰੰਗ ਨਹੀਂ ਪਾਇਆ, ਦੋਨਾਂ ਚਟਨੀਆਂ ਦੇ ਵਿੱਚ ਇੱਦਾਂ ਹੀ ਹੈ, ਇਹਦੇ 'ਚ ਵੀ ਨਹੀਂ ਪਾਇਆ, ਉਹਦੇ 'ਚ ਵੀ ਨਹੀਂ ਪਾਇਆ। ਅਤੇ ਪੱਕ ਰਹੀ ਹੈ, ਥੋੜ੍ਹੀ ਤਿਆਰ ਹੋ ਰਹੀ ਹੈ, ਅਤੇ ਉਹ ਦੇਖੋ ਬਿਲਕੁਲ ਬਣ ਕੇ ਹੋ ਗਈ ਤਿਆਰ। ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬਿਲਕੁਲ ਬੰਦ। ਅਤੇ ਗਾਈਜ਼, ਇੱਕਦਮ ਚਟਨੀਆਂ ਹੋ ਗਈਆਂ ਬਣ ਕੇ ਤਿਆਰ, ਠੀਕ ਹੈ ਜੀ। ਆ ਦੇਖੋ ਬਹੁਤ ਵਧੀਆ ਵਧੀਆ ਤਰੀਕੇ ਨਾਲ ਬਣੀਆਂ ਨੇ, ਬਹੁਤ ਸੌਖੀਆਂ ਬਣਦੀਆਂ, ਟਾਈਮ ਵੀ ਨਹੀਂ ਲੱਗਦਾ। ਅਤੇ ਗਰਮੀਆਂ ਦਾ ਬਣਾਓ ਅਤੇ ਅਗਲੇ ਸਾਲ ਤੱਕ ਭਰ ਇਹਨਾਂ ਨੂੰ ਖਾਓ। ਅਤੇ ਆ ਦੇਖੋ ਜੀ, ਵਧੀਆ ਤਰੀਕੇ ਨਾਲ ਚਟਨੀ ਬਣ ਕੇ ਹੋ ਗਈ ਤਿਆਰ। ਅਤੇ ਦੇਖੋ ਕਿੰਨੀ ਸੋਹਣੀ ਰੰਗਤ ਆਈ ਹੈ, ਇਹਨੂੰ ਤੁਸੀਂ ਕੰਚ ਦੇ ਜਾਰ ਦੇ ਵਿੱਚ ਪਾ ਕੇ ਸਾਲੋ ਸਾਲ ਰੱਖ ਸਕਦੇ ਹੋ, ਜਿਸ ਤਰ੍ਹਾਂ ਮਰਜ਼ੀ ਇਹਨੂੰ ਸਰਵ ਕਰ ਸਕਦੇ ਹੋ ਪਰੌਂਠੀ ਨਾਲ ਖਾ ਕੇ, ਠੀਕ ਹੈ ਜੀ। ਆ ਦੇਖੋ ਇਹ ਦੂਜੀ ਗੁੜ ਵਾਲੀ ਚਟਨੀ, ਉਹ ਚੀਨੀ ਵਾਲੀ ਚਟਨੀ, ਅਤੇ ਹੁਣ ਆਪਾਂ ਦੇਖੋ ਜੀ ਬਣ ਕੇ ਤਿਆਰ ਹੋ ਗਏ, ਬਿਲਕੁਲ ਬਹੁਤ ਟੇਸਟੀ ਟੇਸਟੀ ਯੰਮੀ ਯੰਮੀ ਬਣਦੀ, ਔਰ ਬਹੁਤ ਸੌਖੇ ਤਰੀਕੇ ਨਾਲ ਵੀ ਬਣਦੀ। ਤੁਸੀਂ ਬਣਾਇਓ
ਅਤੇ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ, ਠੀਕ ਹੈ ਜੀ, ਕਿਹੜੀ ਚਟਨੀ ਤੁਹਾਨੂੰ ਵਧੀਆ ਲੱਗੀ, ਚੀਨੀ ਵਾਲੀ ਵਧੀਆ ਲੱਗੀ ਜਾਂ ਗੁੜ ਵਾਲੀ ਵਧੀਆ ਲੱਗੀ। ਅਤੇ ਦੇਖ ਲਓ ਮੈਂ ਕੋਈ ਕਲਰ ਨਹੀਂ ਪਾਇਆ, ਕੋਈ ਕੁਛ ਨਹੀਂ ਪਾਇਆ, ਅਤੇ ਇਹਦੇ ਵਿੱਚ ਦੇਖ ਲਓ ਕਿੰਨੀ ਸੋਹਣੀ ਰੰਗਤ ਆਈ। ਅਤੇ ਇਸ ਤਰੀਕੇ 'ਚ ਬਣਾਉਣਾ ਅਤੇ ਸਾਲੋ ਸਾਲ ਖਾਣਾ, ਠੀਕ ਹੈ ਜੀ, ਕਿਉਂਕਿ ਅੰਬ ਹੁਣ ਖਤਮ ਹੋ ਜਾਣਗੇ ਅਤੇ ਹੁਣ ਆਪਾਂ ਇਹੀ ਚਟਨੀਆਂ ਬਣਾ ਸਕਦੇ ਹਾਂ। ਬਾਕੀ ਮਿਲਦੇ ਹਾਂ ਜੀ ਤੁਹਾਨੂੰ ਕੱਲ੍ਹ ਨਵੇਂ ਵਲੌਗ ਵਿੱਚ। ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ, ਵਾਲੇਕੁਮ ਜੀ।